ਸਸ਼ੀਕਲ ਪਿਆਰੇ ਬੱਚਿਓ ਅੱਜ ਆਪਾਂ ਤੁਹਾਡੀ ਚੌਥੀ ਜਮਾਤ ਦੀ ਵਾਤਾਵਰਣ ਸਿੱਖਿਆ ਦੀ ਵਰਕਸ਼ੀਟ ਨੰਬਰ 2 ਸ਼ੁਰੂ ਕਰਨ ਜਾ ਰਹੇ ਹਾਂ ਪਹਿਲਾ ਪ੍ਰਸ਼ਨ ਹੈ ਹੇਠ ਲਿਖਿਆਂ ਵਿੱਚੋਂ ਕਿਹੜਾ ਜਾਨਵਰ ਸਵਾਰੀ ਲਈ ਵਰਤਿਆ ਜਾਂਦਾ ਹੈ ਬੇਟਾ ਕਿਹੜਾ ਜਾਨਵਰ ਹੈ ਜਿਹਦੇ ਉੱਪਰ ਬੈਠ ਕੇ ਆਪਾਂ ਸਵਾਰੀ ਕਰਦੇ ਹਾਂ ਹਾਥੀ ਕਿਹੜਾ ਜਾਨਵਰ ਹੈ ਹਾਥੀ ਦੂਸਰਾ ਪ੍ਰਸ਼ਨ ਹੈ ਪੁਰਾਣੇ ਸਮਿਆਂ ਵਿੱਚ ਰਾਜੇ ਮਹਾਰਾਜੇ ਸਵਾਰੀ ਲਈ ਕਿਹੜੇ ਜਾਨਵਰਾਂ ਦੀ ਵਰਤੋਂ ਕਰਦੇ ਸਨ ਪੁਰਾਣੇ ਟਾਈਮ ਦੇ ਵਿੱਚ ਬੇਟਾ ਜਦੋਂ ਮੋਟਰ ਗੱਡੀਆਂ ਨਹੀਂ ਹੁੰਦੀਆਂ ਸੀ ਤਾਂ ਸਵਾਰੀ ਜਾਨਵਰਾਂ ਦੀ ਕੀਤੀ ਜਾਂਦੀ ਸੀ ਤਾਂ ਉਸ ਸਮੇਂ ਕਿਹੜੇ ਜਾਨਵਰਾਂ ਦੀ ਵਰਤੋਂ ਕੀਤੀ ਜਾਂਦੀ ਸੀ ਹਾਥੀ ਤੇ ਘੋੜਾ ਇਸ ਲਈ ਇਹਦੀ অপਸ਼ਨ ਹੈ ਦੋਵੇਂ ਤੀਸਰਾ ਪ੍ਰਸ਼ਨ ਹੈ ਜਾਨਵਰ ਝੁੰਡ ਬਣਾ ਕੇ ਕਿਉਂ ਰਹਿੰਦੇ ਹਨ ਝੁੰਡ ਦਾ ਮਤਲਬ ਬੇਟਾ ਇਕੱਠ ਜਾਨਵਰ ਇਕੱਠ ਦੇ ਵਿੱਚ ਕਿਉਂ ਰਹਿੰਦੇ ਨੇ ਝੁੰਡ ਵਿੱਚ ਜਾਨਵਰ ਸੁਰੱਖਿਅਤ ਰਹਿੰਦੇ ਹਨ ਭੋਜਨ ਦੀ ਭਾਲ ਕਰਨ ਵਿੱਚ ਸਹਾਇਤਾ ਮਿਲਦੀ ਹੈ ਰਸਤੇ ਦੀ ਚੋਣ ਝੁੰਡ ਦਾ ਆਗੂ ਕਰਦਾ ਹੈ ਜਾਂ ਉਪਰੋਕਤ ਸਾਰੇ ਬੇਟਾ ਜਦੋਂ ਜਾਨਵਰ ਝੁੰਡ ਦੇ ਵਿੱਚ ਰਹਿੰਦੇ ਨੇ ਤਾਂ ਉਸ ਨੂੰ ਸਾਰੇ ਕੰਮਾਂ ਦੇ ਵਿੱਚ ਹੈਲਪ ਮਿਲਦੀ ਹੈ ਇਸ ਲਈ ਇਹਦਾ ਜਵਾਬ ਆਊਗਾ ਉਪਰੋਕਤ ਸਾਰੇ ਚੌਥਾ ਪ੍ਰਸ਼ਨ ਹੈ ਕਾਲੇ ਹਿਰਨ ਦੀ ਗਿਣਤੀ ਘਟੰਦਾ ਕੀ ਕਾਰਨ ਹੈ ਜਿਹੜਾ ਕਾਲਾ ਹਿਰਨ ਹੈ ਬੱਚਿਓ ਉਹ ਪੰਜਾਬ ਦਾ ਰਾਜ ਪਸ਼ੂ ਹੈ ਪਰ ਜਿਹੜਾ ਕਾਲਾ ਹਿਰਣਾ ਉਹਦੀ ਗਿਣਤੀ ਦਿਨੋਂ ਦਿਨ ਘਟ ਰਹੀ ਹੈ ਉਹਦੇ ਕੀ ਕਾਰਨ ਨੇ ਅੰਨੇਵਾ ਸ਼ਿਕਾਰ ਕਾਰਨ ਮਨੁੱਖ ਦੁਆਰਾ ਜੰਗਲਾਂ ਦੇ ਨਾਸ਼ ਕਾਰਨ ਚਰਨ ਲਈ ਚਰਗਾਹਾਂ ਅਤੇ ਨਿਵਾਸ ਸਥਾਨ ਦੀ ਘਾਟ ਹੋ ਗਈ ਹੈ ਉਪਰੋਕਤ ਸਾਰੇ ਬੇਟਾ ਜਿਹੜਾ ਇਹਦਾ ਆਨਸਰ ਹੈ ਉਹ ਹੈ ਉਪਰੋਕਤ ਸਾਰੇ ਇੰਨਾ ਸਾਰੇ ਕਾਰਨਾ ਕਰਕੇ ਹੀ ਕਾਲੇ ਹਿਰਨ ਦੀ ਗਿਣਤੀ ਘਟ ਰਹੀ ਹੈ ਪੰਜਾਬ ਦਾ ਰਾਜ ਪਸ਼ੂ ਕਿਹੜਾ ਹੈ ਹੁਣੇ ਤੁਹਾਨੂੰ ਉੱਪਰ ਦੱਸਿਆ ਮੈਂ ਪੰਜਾਬ ਦਾ ਰਾਜ ਪਸ਼ੂ ਕਿਹੜਾ ਹੈ ਕਾਲਾ ਹਿਰਨ ਛੇਵਾਂ ਪ੍ਰਸ਼ਨ ਹੈ ਹੇਠ ਲਿਖਿਆਂ ਵਿੱਚੋਂ ਕਿਹੜਾ ਜਾਨਵਰ ਝੁੰਡ ਵਿੱਚ ਰਹਿਣਾ ਪਸੰਦ ਕਰਦਾ ਹੈ ਊਠ ਕੁੱਤਾ ਖਰਗੋਸ਼ ਜਾਂ ਸ਼ੇਰ ਇਹਦਾ ਜਵਾਬ ਹੈ ਬੇਟਾ ਕੁੱਤਾ ਜਿਹੜਾ ਕੁੱਤਾ ਜਾਨਵਰ ਹੈ ਉਹ ਝੁੰਡ ਦੇ ਵਿੱਚ ਰਹਿਣਾ ਪਸੰਦ ਕਰਦਾ ਹੈ ਸੱਤਵਾਂ ਪ੍ਰਸ਼ਨ ਹੈ ਬੇਟਾ ਡੈਸ਼ ਬਹੁਤ ਹੀ ਸਮਝਦਾਰ ਤੇ ਵਫਾਦਾਰ ਜਾਨਵਰ ਹੈ ਅਤੇ ਇਸ ਦੀ ਯਾਦਸ਼ਕਤੀ ਕਮਾਲ ਦੀ ਹੈ। ਕੁੱਤਾ, ਹਾਥੀ, ਘੋੜਾ ਜਾਂ ਬਿੱਲੀ? ਬੇਟਾ ਇਹਦਾ ਉੱਤਰ ਹੈ ਕੁੱਤਾ। 8ਵਾਂ ਪ੍ਰਸ਼ਨ ਹੈ ਜਾਨਵਰ ਭੋਜਨ ਲਈ ਕਿਸਤੇ ਨਿਰਭਰ ਕਰਦੇ ਹਨ? ਬੇਟਾ ਜਿਹੜੇ ਜਾਨਵਰ ਨੇ ਉਹ ਆਪਣਾ ਭੋਜਨ ਆਪ ਤਾਂ ਨਹੀਂ ਬਣਾ ਸਕਦੇ ਇਸ ਲਈ ਉਹ ਕਿਸਤੇ ਨਿਰਭਰ ਕਰਦੇ ਨੇ ਮਨੁੱਖ ਤੇ ਪੌਦਿਆਂ ਤੇ ਦੋਨਾਂ ਤੇ ਜਾਂ ਇਨਾਂ ਵਿੱਚੋਂ ਕੋਈ ਨਹੀਂ ਇਹਦਾ ਜਵਾਬ ਹੈ ਬੇਟਾ ਮਨੁੱਖ ਤੇ ਤੇ ਪੌਦਿਆਂ ਤੇ ਦੋਨਾਂ ਤੇ ਨਿਰਪਰ ਕਰਦੇ ਨੇ ਇਸ ਲਈ ਇਹਦੀ অপਸ਼ਨ ਆਊਗੀ ਦੋਨਾਂ ਤੇ ਨੋਵਾਂ ਪ੍ਰੈਸ਼ਨ ਹੈ ਪੌਦੇ ਦਾ ਕਿਹੜਾ ਭਾਗ ਖਾਣ ਦੇ ਕੰਮ ਆਉਂਦਾ ਹੈ ਪੱਤੇ ਫੁੱਲ ਅਤੇ ਫਸਲ ਜੜਾਂ ਉਪਰੋਕਤ ਸਾਰੇ ਬੇਟਾ ਪੌਦੇ ਦੇ ਆਪਾਂ ਸਾਰੇ ਹਿੱਸੇ ਹੀ ਖਾਣ ਦੇ ਲਈ ਵਰਤਦੇ ਆਂ ਇਸੇ ਲਈ ਇਹਦਾ ਜਿਹੜਾ ਜਵਾਬ ਹੈ ਉਪਰੋਕਤ ਸਾਰੇ 10ਵਾਂ ਪ੍ਰਸ਼ਨ ਹੈ ਹੇਠ ਲਿਖਿਆਂ ਵਿੱਚੋਂ ਕਿਹੜੇ ਪੌਦੇ ਦੀਆਂ ਜੜ੍ਹਾਂ ਖਾਣਯੋਗ ਹੁੰਦੀਆਂ ਹਨ ਕਿਹੜੇ ਪੌਦੇ ਦੀਆਂ ਜੜ੍ਹਾਂ ਬੇਟਾ ਆਪਾਂ ਖਾਂਦੇ ਆ ਕਚਾਲੂ ਮੂਲੀ ਗਾਜਰ ਉਪਰੋਕਤ ਸਾਰੇ ਬੇਟਾ ਕਚਾਲੂ ਵੀ ਪੌਦੇ ਦੀ ਜੜ੍ਹ ਹੈ ਮੂਲੀ ਵੀ ਪੌਦੇ ਦੀ ਜੜ੍ਹ ਹੈ ਤੇ ਗਾਜਰ ਵੀ ਪੌਦੇ ਦੀ ਜੜ੍ਹ ਹੈ ਤੇ ਆਪਾਂ ਤਿੰਨੇ ਇਨ੍ਹਾਂ ਤਿੰਨਾਂ ਨੂੰ ਹੀ ਖਾਣ ਦੇ ਲਈ ਵਰਤਦੇ ਆਂ ਇਸ ਲਈ ਇਹਦੀ ਜਿਹੜੀ ਆਪਸ਼ਨ ਆਉਗੀ ਉਪਰੋਕਤ ਸਾਰੇ 11ਵਾਂ ਪ੍ਰਸ਼ਨ ਹੈ ਕਿਹੜੇ ਰੁੱਖ ਦੀਆਂ ਜੜਾਂ ਟੈਣੀਆਂ ਵਿੱਚੋਂ ਨਿਕਲ ਕੇ ਫੈਲੇ ਹੋਏ ਰੁੱਖ ਨੂੰ ਸਹਾਰਾ ਦਿੰਦੀਆਂ ਹਨ ਪਿੱਪਲ ਬੋੜ ਟਾਲੀ ਜਾਂ ਡੇਕ ਬੇਟਾ ਇਹਦਾ ਜਵਾਬ ਹੈ ਬੋੜ ਬੋੜ ਦਾ ਜਿਹੜਾ ਦਰਖਤ ਹੈ ਉਹਦੀਆਂ ਜਿਹੜਾਂ ਬਾਹਰ ਹੁੰਦੀਆਂ ਨੇ ਤੇ ਇਹੇ ਦਰਖਤ ਨੂੰ ਸਹਾਰਾ ਦਿੰਦੀਆਂ ਨੇ 12ਵਾਂ ਪ੍ਰਸ਼ਨ ਹੈ ਜੇ ਧਰਤੀ ਉੱਪਰਲੇ ਸਾਰੇ ਰੁੱਖ ਨਸ਼ਟ ਕਰ ਦਿੱਤੇ ਜਾਣ ਤਾਂ ਕੀ ਹੋਵੇਗਾ ਬੇਟਾ ਇਹ ਆਪਾਂ ਨੂੰ ਪਤਾ ਹੈ ਜੇਕਰ ਧਰਤੀ ਤੇ ਸਾਰੇ ਹੀ ਰੁੱਖ ਖਤਮ ਕਰ ਦਿੱਤੇ ਤਾਂ ਕੀ ਹੋਣਾ ਬਿਲਕੁਲ ਧਰਤੀ ਤੇ ਜੀਵਨ ਖਤਮ ਹੋ ਜਾਊਗਾ ਇਸ ਲਈ ਜਿਹੜਾ ਇਹਦਾ ਜਵਾਬ ਹੈ ਉਹ ਹੈ ਈਡੀ ਧਰਤੀ ਤੇ ਜੀਵਨ ਸਮਾਪਤ ਹੋ ਜਾਵੇਗਾ ਬੇਟਾ ਇਹ ਤੁਹਾਡੀ ਤੀਜੀ ਐਕਸਰਸਾਈਜ਼ ਦੇ 12 ਪ੍ਰਸ਼ਨ ਉੱਤਰਨ ਇਨਾਂ ਨੂੰ ਤੁਸੀਂ ਦੁਹਰਾਈ ਕਰਕੇ ਆਪਣੀ ਨੋਟਬੁੱਕ ਉੱਪਰ ਉਤਾਰ ਲੈਣਾ ਹੈ ਬਾਕੀ ਦੇ ਪ੍ਰਸ਼ਨ ਆਪਾਂ ਅਗਲੀ ਵੀਡੀਓ ਦੇ ਵਿੱਚ ਕਰਾਂਗੇ ਥੈਂਕ ਯੂ ਧੰਨਵਾਦ